ਇਹ ਮਾਮਲਾ ਇੱਦਾਂ ਹੋਇਆ ਜੀ, ਅਸੀਂ ਪਸ਼ੂਆਂ ਵਾਲੇ ਅੰਦਰ ਬੱਕਰੀਆਂ ਬੰਨੀਆਂ ਸੀ, ਚੋਰ ਆਏ ਤਰਪਾਲਾਂ ਵੱਢ ਕੇ ਬੱਕਰੀਆਂ ਕੱਢ ਕੇ ਲੈ ਗਏ। ਕਿੰਨੀਆਂ ਬੱਕਰੀਆਂ ਸੀ? ਬੱਕਰੀਆਂ 9 ਸੀਗੀਆਂ ਜੀ। ਤੇ ਸਾਰੀਆਂ ਇੰਨੀਆਂ ਬੱਕਰੀਆਂ ਸੀ? ਸਾਰੀਆਂ ਬੱਕਰੀਆਂ ਇੰਨੀਆਂ ਸੀ, ਸਾਰੀਆਂ ਬੱਕਰੀਆਂ ਸੂਣ ਵਾਲੀਆਂ ਸੀ, ਸਾਰਾ ਇਹ ਮਾਲ ਲੈ ਗਏ ਕੱਢ ਕੇ। ਕਿੰਨਾ ਕੁ ਨੁਕਸਾਨ ਤੁਹਾਡਾ ਲਗਭਗ ਹੋਇਆ? ਇਹ ਸਾਡਾ 1.5 ਤੋਂ 2 ਲੱਖ ਦੇ ਲਾਗੇ ਨੁਕਸਾਨ ਹੋਇਆ ਜੀ। ਤੇ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਤੋਂ? ਪੁਲਿਸ ਨੂੰ ਤਾਂ ਅਸੀਂ ਇਹੀ ਬੇਨਤੀ ਕਰਦੇ ਹਾਂ ਵੀ ਸਾਡਾ ਜੇ ਤੁਹਾਡੇ ਤੋਂ ਕੋਈ ਚਾਰਾ ਚੱਲਦਾ ਚਲਾ ਕੇ ਦੇਖੋ, ਕਰਕੇ ਦੇਖੋ ਕੋਈ। ਅਸੀਂ ਤਾਂ ਗਰੀਬ ਬੰਦੇ ਹਾਂ, ਰੋਟੀ ਖਾਂਦੇ ਹਾਂ, ਅਸੀਂ ਪਸ਼ੂਆਂ ਦੇ ਸਿਰੋਂ ਰੋਟੀ ਖਾਂਦੇ ਹਾਂ। ਸੁਣਦੀਆਂ ਦੇ ਲਾਗੇ ਮੇਰੇ ਭਰਾ ਦਾ ਡੇਰਾ ਸੀ, ਵਿੱਚ ਸਾਡੀਆਂ ਬੱਕਰੀਆਂ ਵੀ ਸੀਗੀਆਂ, 9 ਬੱਕਰੀਆਂ ਸੂਣ ਵਾਲੀਆਂ, 2 ਲੱਖ ਦਾ ਘੱਟੋ ਘੱਟ ਨੁਕਸਾਨ ਹੋ ਗਿਆ ਮੇਰੇ ਭਰਾ ਦਾ। ਇੱਥੇ ਸੁਣਦੀਆਂ ਅੱਡੇ ਲਾਗੇ ਭੱਠੇ 'ਤੇ ਡੇਰਾ ਸੀਗਾ, ਗਰੀਬ ਸੀਗਾ ਬਹੁਤ ਜ਼ਿਆਦਾ, ਰੋਟੀ ਖਾਣ ਦੀ ਤਲਾਸ਼ ਨਹੀਂ। ਸਾਡੇ ਗਰੀਬ ਲੋਕਾਂ ਦੀ ਇਹੀ ਹੈ ਵੀ ਮਾਲ ਡੰਗਰ ਦੇ ਸਿਰ ਤੋਂ ਰੋਟੀ ਪਾਣੀ ਖਾਣਾ ਸਾਡੇ ਨਾਲ ਬਹੁਤ ਵੱਡਾ ਧੱਕਾ ਹੋ ਗਿਆ। ਵੱਧ ਤੋਂ ਵੱਧ ਬੇਨਤੀ ਕੀਤੀ ਹੈ ਵੀ ਸਾਡੇ ਨਾਲ ਪੁਲਿਸ ਪ੍ਰਸ਼ਾਸਨ ਜੋ ਹੈ ਮਦਦ ਕਰੇ, ਸਾਡੀ ਸੋਚਣਾ ਕਰਕੇ ਸਾਨੂੰ ਦੱਸੇ ਵੀ ਇਹ ਕਿਆ ਕਾਰਾ ਹੋ ਗਿਆ ਸਾਡੇ ਨਾਲ। ਇਹ ਜੀ ਬੱਕਰੀਆਂ ਰਾਤ ਚੋਰ ਪੈ ਰਹੇ ਨੇ ਹਰ ਰੋਜ਼। ਇਹ ਆਪਣੇ ਕੱਲ੍ਹ ਜਿਹੜੀ ਪਿਛਲੀ ਰਾਤ ਬੀਤ ਗਈ ਹੈ, ਇਸ ਰਾਤ ਛੰਨੀਆਂ ਤੋਂ 9-10 ਬੱਕਰੀਆਂ ਚੋਰੀ ਲੈ ਗਏ ਨੇ। ਅੱਜ ਰਾਤ ਜਿਹੜਾ ਇਹ ਸਾਡੇ ਇੱਥੇ ਵਾਰਦਾਤ ਹੋ ਗਈ ਆ, ਇੱਥੇ ਵੀ 9 ਬੱਕਰੀਆਂ ਲੈ ਗਏ ਨੇ। ਅਤੇ ਸਾਨੂੰ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਸਾਡੀ ਗਰੀਬਾਂ ਲੋਕਾਂ ਦੀ ਹੈਲਪ ਕੀਤੀ ਜਾਏ ਅਤੇ ਇਹਨਾਂ ਚੋਰਾਂ ਨੂੰ ਨੱਥ ਪਾਈ ਜਾਏ ਅਤੇ ਸਾਡਾ ਜਿਹੜਾ ਨੁਕਸਾਨ ਆ ਜਾਂ ਜਿਹੜਾ ਸਾਡਾ ਮਾਲ ਜੇ ਕਿਤੇ ਵੀ ਬਰਾਮਦ ਹੁੰਦਾ ਤਾਂ ਸਾਨੂੰ ਇਸ ਦੀ ਖਬਰ ਵੀ ਕੀਤੀ ਜਾਏ।